ਸਾਸਾ ਜਾਂ ਮਸਾ। ਪੈਰੋਲ ਪਿੱਛੇ ਕਿਸ ਦੀ ਰਜ਼ਾ? ਮੁੜ ਜੇਲ੍ਹ ਤੋਂ ਬਾਹਰ ਰਾਮ ਰਹੀ। ਇੱਕ ਪਾਸੇ ਹਰਿਆਣਾ ਚੋਣਾਂ ਨੂੰ ਮਹਿਜ਼ ਚੰਦ ਦਿਨ ਬਾਕੀ ਨੇ, ਜਾਂ ਕਹਿ ਲਈਏ ਕਿ ਬਸ ਹੁਣ ਤਾਂ ਕੁਝ ਘੰਟਿਆਂ ਦਾ ਹੀ ਇੰਤਜ਼ਾਰ ਰਹਿ ਗਿਆ। ਇੱਕ ਪਾਸੇ ਚੁਣਾਵੀ ਮਾਹੌਲ ਭਖਿਆ ਹੋਇਆ ਹੈ, ਤਾਂ ਦੂਜੇ ਪਾਸੇ ਰਾਮ ਰਹੀ, ਜਿਸ ਨੂੰ ਪਹਿਲਾਂ ਬਲਾਤਕਾਰੀ ਬਾਬਾ ਕਹਿੰਦੇ ਸੀ, ਹੁਣ ਉਸ ਨੂੰ ਪੈਰੋਲ ਵਾਲਾ ਬਾਬਾ ਕਿਹਾ ਜਾ ਰਿਹਾ। ਚੋਣਾਂ ਤੋਂ ਐਨ ਪਹਿਲਾਂ ਰਾਮ ਰਹੀਮ ਨੂੰ ਮੁੜ ਤੋਂ ਪੈਰੋਲ ਦੇ ਦਿੱਤੀ ਗਈ ਹੈ। 20 ਦਿਨਾਂ ਬਾਅਦ ਰਾਮ ਰਹੀਮ ਨੂੰ 20 ਦਿਨ ਦੀ ਪੈਰੋਲ ਹੋਰ ਮਿਲ ਗਈ, ਤੇ ਹੁਣ ਮੁੜ ਰਾਮ ਰਹੀਮ ਯੂਪੀ ਦੇ ਬਾਗਪਤ ਡੇਰੇ 'ਚ ਰਹੇਗਾ। ਪੈਰੋਲ ਨੂੰ ਚੋਣ ਕਮਿਸ਼ਨ ਨੇ ਇਜਾਜ਼ਤ ਦੇ ਦਿੱਤੀ ਹੈ। ਚੋਣ ਕਮਿਸ਼ਨ ਨੇ ਰਾਮ ਰਹੀਮ ਦੇ ਲਈ 3 ਸ਼ਰਤਾਂ ਦੇ ਨਾਲ ਪੈਰੋਲ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ 'ਚ ਹਰਿਆਣਾ 'ਚ ਦਾਖਲ ਹੋਣ 'ਤੇ ਪਾਬੰਦੀ ਰਹੇਗੀ, ਹਰਿਆਣਾ ਚੋਣ ਪ੍ਰਚਾਰ 'ਚ ਸ਼ਾਮਲ ਨਹੀਂ ਹੋ ਸਕਦਾ, ਸੋਸ਼ਲ ਮੀਡੀਆ ਰਾਹੀਂ ਵੀ ਚੋਣ ਪ੍ਰਚਾਰ 'ਤੇ ਰੋਕ ਰਹੇਗੀ। ਇੱਕ ਪਾਸੇ ਰਾਮ ਰਹੀਮ ਨੂੰ ਪੈਰੋਲ ਮਿਲ ਰਹੀ ਹੈ, ਤਾਂ ਦੂਜੇ ਪਾਸੇ ਇਸ 'ਤੇ ਵਿਰੋਧ ਵੀ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਪੁੱਛਿਆ ਕਿ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ 'ਤੇ ਬੰਦੀ ਸਿੰਘਾਂ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਆਖਰਕਾਰ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ? ਉਹ ਹਾਲੇ ਵੀ ਜੇਲ੍ਹਾਂ 'ਚ ਬੰਦ ਨੇ। ਆਖਰ ਹਿੰਦੁਸਤਾਨ 'ਚ ਚੋਰ ਚੱਕਿਆਂ ਦੇ ਲਈ ਕਾਨੂੰਨ ਵੱਖ ਅਤੇ ਸਾਡੇ ਲਈ ਵੱਖ ਕਿਉਂ ਹੈ? ਹਰਿਆਣਾ ਸਰਕਾਰ ਉਸਨੂੰ ਪੈਰੋਲ ਦੇਤੀ ਹੈ, ਕੁੱਲ 20 ਦਿਨ ਪਹਿਲਾਂ ਉਹ ਪੈਰੋਲ ਕੱਢ ਕੇ ਅਤੇ ਵਾਪਸ ਗਿਆ ਸੀ, ਅੱਜ 20 ਦਿਨ ਬਾਅਦ ਦੁਬਾਰਾ। ਇਹ ਜੇ ਬੰਦੇ ਨੂੰ ਤੁਸੀਂ ਪੈਰੋਲ ਦੇਣੀ ਸੀ ਤਾਂ 5 ਤਰੀਕ ਸਵੇਰੇ ਦਿੰਦੇ, 10 ਵਜੇ ਦਿੰਦੇ, ਤਾਂ ਕਹਿੰਦਾ ਜੀ ਵੋਟ ਪਾ ਕੇ ਤਾਂ ਵਾਪਸ ਆ ਜਾ। ਇਹਦਾ ਸਾਫ਼ ਨਜ਼ਰ ਆ ਰਿਹਾ ਕਿ ਜਿਹੜੀਆਂ ਹਰਿਆਣਾ ਵਿੱਚ ਇਲੈਕਸ਼ਨ ਹੋ ਰਹੀਆਂ ਹਨ ਅਤੇ ਜਿਹੜੇ ਕੁਝ ਹਲਕਿਆਂ ਦੇ ਵਿੱਚ ਉਸਦਾ ਜ਼ੋਰ ਹੈ, BJP ਉਸ ਇਲਾਕਿਆਂ 'ਚੋਂ ਜਿੱਤਣ ਦੇ ਲਈ ਇਹਦੀ ਮਦਦ ਲੈ ਰਹੀ। ਬੰਦੀ ਸਿੰਘਾਂ ਵਾਸਤੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਸਭ ਕੁਝ ਖਤਮ ਹੋ ਚੁੱਕਿਆ, ਸਜ਼ਾਵਾਂ ਡਬਲ ਤੋਂ ਵੱਧ ਵੀ ਭੁਗਤ ਬੈਠੇ ਨੇ, ਉਹਨਾਂ ਵਾਸਤੇ ਇਹ ਕੋਈ ਰੂਹ ਰਿਆਇਤ ਨਹੀਂ। ਦਵਿੰਦਰ ਪਾਲ ਸਿੰਘ ਭੁੱਲਰ ਦੀ ਚਿੱਠੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ 6 ਵਾਰ ਰਿਜੈਕਟ ਕੀਤੀ ਹੈ, ਅਤੇ ਜਿਹੜੇ ਚੋਰ ਚੱਕੇ ਨੇ, ਦੁਰਾਚਾਰੀ ਨੇ, ਵਿਪਚਾਰੀ ਨੇ, ਕਤਲਾਂ ਦੇ ਕੇਸ ਵਿੱਚ ਕੈਦ ਨੇ, ਉਹਨਾਂ ਵਾਸਤੇ ਕਾਨੂੰਨ ਜਿਹੜੇ ਨੇ ਉਹ ਹਿੰਦੁਸਤਾਨ ਦੀ ਸਰਕਾਰ ਵਾਸਤੇ ਅਲੱਗ ਨੇ ਅਤੇ ਸਾਡੇ ਵਾਸਤੇ ਅਲੱਗ ਨੇ। ਦੱਸ ਦਈਏ ਕਿ ਕਰੀਬ 34 ਮਹੀਨਿਆਂ 'ਚ 11 ਵਾਰ ਪੈਰੋਲ ਅਤੇ ਫਰਲੋ ਮਿਲ ਚੁੱਕੀ ਹੈ ਰਾਮ ਰਹੀਮ, ਜਿਨ੍ਹਾਂ 'ਚ 24 ਅਕਤੂਬਰ 2020 ਨੂੰ ਮਿਲੀ ਸੀ 1 ਦਿਨ ਦੀ ਪੈਰੋਲ, 21 ਮਈ 2021 ਨੂੰ ਮਿਲੀ ਸੀ 1 ਦਿਨ ਦੀ ਪੈਰੋਲ, 7 ਫਰਵਰੀ 2022 ਨੂੰ ਮਿਲੀ ਸੀ 21 ਦਿਨ ਦੀ ਪੈਰੋਲ, June 2022 ਨੂੰ ਮਿਲੀ ਸੀ 30 ਦਿਨ ਦੀ ਪੈਰੋਲ, 21 January 2023 ਨੂੰ ਮਿਲੀ ਸੀ 40 ਦਿਨ ਦੀ ਪੈਰੋਲ, 20 July 2023 ਨੂੰ ਮਿਲੀ ਸੀ 30 ਦਿਨ ਦੀ ਪੈਰੋਲ, 20 November 2023 ਨੂੰ 21 ਦਿਨ ਦੀ, 19 January 2024 ਨੂੰ 50 ਦਿਨ ਦੀ ਪੈਰੋਲ, 13 August 2024 ਨੂੰ 21 ਦਿਨ ਦੀ ਫਰਲੋ, ਅਤੇ ਫਿਰ 30 September 2024 ਨੂੰ ਮਿਲੀ 20 ਦਿਨ ਦੀ ਪੈਰੋਲ। ਹੁਣ ਸਵਾਲ ਇਹ ਹੈ ਕਿ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਅਤੇ ਫਰਲੋ ਦੇਣ ਦੇ ਪਿੱਛੇ ਮਕਸਦ ਕੀ ਹੈ? ਆਖਰ ਇੱਕ ਬਲਾਤਕਾਰੀ ਬਾਬੇ 'ਤੇ ਇੰਨੀ ਦਿਆਲਤਾ ਕਿਉਂ ਵਿਖਾਈ ਜਾ ਰਹੀ ਹੈ? ਬਿਊਰੋ ਰਿਪੋਰਟ, BBC ਨਿਊਜ਼।